ਜੀ ਮੈਂ ਤੁਹਾਡਾ ਵੀਰ ਰਾਜ ਸਿੰਘ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ। ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ, ਜਿਹੜਾ ਨਿਸ਼ਾਨ ਸਾਹਿਬ ਦੇ ਪੋਸ਼ਾਕ ਨੂੰ ਲੈ ਕੇ ਜਿਹੜਾ ਹੁਣ ਕੇਸਰੀ ਰੰਗ ਆ ਉਹਨੂੰ ਭਗਵਾਂ ਰੰਗ ਮੰਨਿਆ ਗਿਆ। ਜਿਹੜੇ SGPC ਦੇ ਸਿੰਘ ਸਾਹਿਬਾਨ ਨੇ ਉਹਨਾਂ ਨੇ ਵੱਡਾ ਫੈਸਲਾ ਲਿਆ, ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਉਹਦੀ ਪੋਸ਼ਾਕ ਨੂੰ ਲੈ ਕੇ ਵੱਡਾ ਫੈਸਲਾ ਲਿਆ ਕਿ ਜਿਹੜਾ ਸੁਰਮਈ ਰੰਗ ਆ ਜਾਂ ਬਸੰਤੀ ਰੰਗ ਆ ਸਿਰਫ ਉਹੀ ਨਿਸ਼ਾਨ ਸਾਹਿਬ 'ਤੇ ਪੋਸ਼ਾਕ ਪਾਈ ਜਾ ਕਰੂਗੀ, ਜਿਹੜਾ ਕੇਸਰੀ ਰੰਗ ਆ ਉਹ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਅਤੇ ਇਸ ਕਰਕੇ ਜਿਹੜਾ ਕੇਸਰੀ ਰੰਗ ਆ ਉਹ ਹੁਣ ਨਿਸ਼ਾਨ ਸਾਹਿਬ 'ਤੇ ਪੋਸ਼ਾਕ ਨਹੀਂ ਪਾਈ ਜਾ। ਹੁਣ ਜਿਹੜਾ ਇਹ ਧਾਰਮਿਕ ਚਿੰਨ੍ਹ ਆ ਜਾਂ ਨਿਸ਼ਾਨ ਸਾਹਿਬ ਦੀ ਪੋਸ਼ਾਕ ਨੂੰ ਲੈ ਕੇ ਇਹ ਜਿਹੜਾ ਫੈਸਲਾ ਲਿਆ ਗਿਆ, ਕਿਉਂ ਲਿਆ ਗਿਆ, ਪੂਰੀ ਗੱਲਬਾਤ ਦੱਸਦੇ ਹਾਂ। ਕਈ ਲੋਕ ਜਿਹੜੇ ਧਾਰਮਿਕ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਉਹ ਇਹ ਕਹਿੰਦੇ ਸੀ ਕਿ ਜਿਹੜਾ ਨਿਸ਼ਾਨ ਸਾਹਿਬ ਆ ਇਹਨਾਂ ਦੀ ਪੋਸ਼ਾਕ ਆ ਉਹ ਕੇਸਰੀ ਰੰਗ ਦੀ ਆ ਅਤੇ ਜਿਹੜਾ ਕੇਸਰੀ ਰੰਗ ਹੁੰਦਾ ਗੂੜਾ ਕੇਸਰੀ ਰੰਗ ਉਹ ਭਗਵੇਂ ਬਾਣੇ ਦਾ ਜਿਹੜਾ ਭੁਲੇਖਾ ਪਾਉਂਦਾ, ਭਗਵੇਂ ਰੰਗ ਦਾ ਭੁਲੇਖਾ ਪਾਉਂਦਾ, ਕਿਉਂਕਿ ਜਿਹੜਾ ਭਗਵਾਂ ਰੰਗ ਆ ਉਹ RSS ਦੇ ਝੰਡੇ ਦਾ ਭਗਵਾਂ ਰੰਗ ਆ ਅਤੇ ਇਸ ਕਰਕੇ ਜਿਹੜੇ ਧਾਰਮਿਕ ਨਫ਼ਰਤ ਫੈਲਾਉਣ ਵਾਲੇ ਨੇ ਕਈ ਉਹ ਇਹ ਕਹਿੰਦੇ ਸੀ ਕਿ ਇਹਨਾਂ ਨੇ ਵੀ ਉਹ ਜਿਹੜਾ ਭਗਵੇਂ ਰੰਗ ਦਾ ਜਿਹੜਾ ਨਿਸ਼ਾਨ ਆ ਪੋਸ਼ਾਕ ਆ ਉਹ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਨਿਸ਼ਾਨ ਸਾਹਿਬ ਨੇ ਉਹਨਾਂ 'ਤੇ ਜਿਹੜੇ ਝੰਡੇ ਨੇ ਜਾਂ ਜਿਹੜੀਆਂ ਪੋਸ਼ਾਕਾਂ ਪਾਈਆਂ ਨੇ ਉਹ ਭਗਵੇਂ ਰੰਗ ਦੀਆਂ ਪਾਈਆਂ ਨੇ ਅਤੇ ਇਸ ਕਰਕੇ ਹੁਣ SGPC ਨੇ ਅਤੇ ਸਿੰਘ ਸਾਹਿਬਾਨਾਂ ਨੇ ਪੰਜ ਸਿੰਘ ਸਾਹਿਬਾਨਾਂ ਨੇ ਵੱਡਾ ਫੈਸਲਾ ਲਿਆ। ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜਾ ਹੁਣ ਸੁਰਮਈ ਰੰਗ ਆ ਜਾਂ ਬਸੰਤੀ ਰੰਗ ਆ ਜਿਹੜਾ ਹੁਣ ਗੂੜਾ ਕੇਸਰੀ ਰੰਗ ਦਾ ਝੰਡਾ ਸੀ ਉਹ ਜਿਹੜਾ ਭਗਵਾਂ ਰੰਗ ਆ ਉਹਦਾ ਭੁਲੇਖਾ ਪਾਉਂਦਾ ਸੀ, ਜਿਹੜਾ RSS ਦਾ ਝੰਡਾ ਜਾਂ RSS ਦਾ ਇੱਕ ਭਗਵਾਂ ਰੰਗ ਆ ਉਹਦਾ ਭੁਲੇਖਾ ਪਾਉਂਦਾ ਸੀ। ਇਸ ਕਰਕੇ SGPC ਦੇ ਵੱਲੋਂ ਅਤੇ ਜਿਹੜੇ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿ ਜਿਹੜਾ ਭਗਵਾਂ ਰੰਗ ਆ ਉਹ ਹੁਣ ਬਦਲ ਦਿੱਤਾ ਗਿਆ, ਸਿਰਫ ਸੁਰਮਈ ਰੰਗ ਅਤੇ ਜਿਹੜਾ ਬਸੰਤੀ ਰੰਗ ਆ ਉਹਦੀ ਨਿਸ਼ਾਨ ਸਾਹਿਬ ਦੀ ਪੋਸ਼ਾਕ ਪਾਈ ਜਾਇਆ ਕਰੂਗੀ ਅਤੇ ਜਿਹੜਾ ਝੰਡਾ ਉਹ ਜ਼ਿਆਦਾ ਸੁਰਮਈ ਰੰਗ ਦਾ ਹੋਊਗਾ ਅਤੇ ਜਾਂ ਫਿਰ ਬਸੰਤੀ ਰੰਗ ਦਾ ਹੋਊਗਾ। ਸਿੰਘ ਸਾਹਿਬਾਨਾਂ ਨੇ ਇਹ ਵੱਡਾ ਫੈਸਲਾ ਕਰ ਦਿੱਤਾ ਕਿਉਂਕਿ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਪੰਜਾਬ ਦੇ ਵਿੱਚ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਫੈਸਲਾ ਉਹ ਲਾਗੂ ਹੋ ਜਾਊਗਾ। ਸਿੰਘ ਸਾਹਿਬਾਨਾਂ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਕਿਉਂਕਿ ਆਪਣੇ ਦੇਸ਼ ਦੇ ਵਿੱਚ ਜਿਹੜੀ ਧਾਰਮਿਕ ਨਫ਼ਰਤ ਆ ਉਹ ਬਹੁਤ ਜ਼ਿਆਦਾ ਆ ਅਤੇ ਧਾਰਮਿਕ ਨਫ਼ਰਤ ਦੇ ਕਰਕੇ ਕਈ ਲੋਕ ਵਿਵਾਦ ਖੜ੍ਹੇ ਕਰ ਲੈਂਦੇ ਨੇ ਜਾਂ ਲੜਾਈ ਕਲੇਸ਼ ਖੜ੍ਹੇ ਕਰ ਲੈਂਦੇ ਨੇ, ਧਾਰਮਿਕ ਮੁੱਦੇ ਬਣ ਜਾਂਦੇ ਨੇ ਜਾਂ ਧਰਮ ਦੇ ਨਾਂ 'ਤੇ ਲੜਾਈਆਂ ਹੋ ਜਾਂਦੀਆਂ ਨੇ ਅਤੇ ਹੁਣ ਜਿਹੜਾ ਇਹ ਫੈਸਲਾ ਲਿਆ ਗਿਆ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ। ਜਿਹੜੇ ਸਿੰਘ ਸਾਹਿਬਾਨ ਨੇ ਜਾਂ SGPC ਉਹਨਾਂ ਨੇ ਇਹ ਜਿਹੜਾ ਫੈਸਲਾ ਬਦਲ ਦਿੱਤਾ, ਸਿੰਘ ਸਾਹਿਬਾਨਾਂ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਕਿਉਂਕਿ ਆਪਣੇ ਦੇਸ਼ ਦੇ ਵਿੱਚ ਜਿਹੜੀ ਧਾਰਮਿਕ ਨਫ਼ਰਤ ਆ ਉਹ ਬਹੁਤ ਜ਼ਿਆਦਾ ਆ ਅਤੇ ਧਾਰਮਿਕ ਨਫ਼ਰਤ ਦੇ ਕਰਕੇ ਕਈ ਲੋਕ ਵਿਵਾਦ ਖੜ੍ਹੇ ਕਰ ਲੈਂਦੇ ਨੇ ਜਾਂ ਲੜਾਈ ਕਲੇਸ਼ ਖੜ੍ਹੇ ਕਰ ਲੈਂਦੇ ਨੇ, ਧਾਰਮਿਕ ਮੁੱਦੇ ਬਣ ਜਾਂਦੇ ਨੇ ਜਾਂ ਧਰਮ ਦੇ ਨਾਂ 'ਤੇ ਲੜਾਈਆਂ ਹੋ ਜਾਂਦੀਆਂ ਨੇ ਅਤੇ ਹੁਣ ਜਿਹੜਾ ਇਹ ਫੈਸਲਾ ਲਿਆ ਗਿਆ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ।
ਜਿਹੜੇ ਸਿੰਘ ਸਾਹਿਬਾਨ ਨੇ ਜਾਂ SGP ਸੀ ਉਹਨਾਂ ਨੇ ਇਹ ਜਿਹੜਾ ਫੈਸਲਾ ਬਦਲ ਦਿੱਤਾ। ਹੁਣ ਜਿਹੜੇ ਦੋ ਰੰਗ ਨੇ ਸੁਰਮਈ ਰੰਗ ਤੇ ਬਸੰਤੀ ਰੰਗ, ਨਿਸ਼ਾਨ ਸਾਹਿਬ ਦੀ ਜਿਹੜੀ ਪੋਸ਼ਾਕ ਇਹਦੇ ਨਾਲ ਸਜਾਈ ਜਾਇਆ ਕਰੂਗੀ। ਇਹ ਜਿਹੜਾ ਫੈਸਲਾ ਇਹ ਥੋੜੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਵਿੱਚ ਲਾਗੂ ਹੋ ਜੂਗੀ। ਪਹਿਲਾਂ ਆਪਾਂ ਦੇਖਦੇ ਸੀ ਕਿ ਜਿਹੜਾ ਗੂੜਾ ਕੇਸਰੀ ਰੰਗ ਸੀ ਉਹਦਾ ਝੰਡਾ ਵੀ ਚਲਾਇਆ ਜਾਂਦਾ ਸੀ ਨਿਸ਼ਾਨ ਸਾਹਿਬ ਤੇ, ਜਿਹੜੀ ਪੋਸ਼ਾਕ ਆ ਉਹ ਵੀ ਨਿਸ਼ਾਨ ਸਾਹਿਬ ਤੇ ਕੇਸਰੀ ਗੂੜੇ ਰੰਗ ਦੀ ਪਾਈ ਜਾਂਦੀ ਸੀ। ਤੇ ਹੁਣ ਜਿਹੜਾ ਇਹ ਨਵਾਂ ਫੈਸਲਾ ਆਇਆ ਹੈ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਦੁਬਾਰਾ ਫਿਰ ਮੈਂ ਦੱਸ ਦਿਆਂ ਕਿ ਜਿਹੜਾ ਇਹ SGPC ਨੇ ਤੇ ਪੰਜ ਸਿੰਘ ਸਾਹਿਬਾਨਾਂ ਨੇ ਵੱਡਾ ਫੈਸਲਾ ਬਦਲ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਗੂੜਾ ਕੇਸਰੀ ਰੰਗ ਆ ਉਹਨੂੰ ਨਹੀਂ ਹੁਣ ਨਿਸ਼ਾਨ ਸਾਹਿਬ ਤੇ ਪਾਇਆ ਜਾਇਆ ਕਰੂਗਾ।